ਇੱਥੋਂ ਫੈਕਟਰੀ ਚੋਂ ਲੈ ਗਿਆ ਸੀਗਾ ਮੋਨੂ, ਉਹਦਾ ਨਾਂ ਆ, ਕੋਲ ਥੱਲੇ ਰਹਿੰਦਾ ਆ, ਤੇ ਕਹਿੰਦਾ ਮੱਥਾ ਟੇਕਣ ਜਾਣਾ, ਤੇ ਮੈਨੂੰ ਐਤਵਾਰ ਫੋਨ ਆਇਆ, ਮੈਂ 9-10 ਵਜੇ ਆ ਜਾਊਂਗਾ, ਉਹ ਨਹੀਂ, ਰਾਤ 12 ਵਜੇ ਫੋਨ ਬੰਦ ਹੋ ਗਿਆ। ਅਸੀਂ ਫਿਰ ਫੋਨ ਕਰਦੇ ਰਹੇ, ਸਾਨੂੰ ਕੋਈ ਉਹਦੀ ਸੁਣਵਾਈ ਨਹੀਂ ਹੋਈ। ਮੈਨੂੰ ਕਹਿੰਦਾ ਬੀਬੀ ਬੋਲੀ ਨਾ, ਮੈਂ 9-10 ਵਜੇ ਆ ਜਾਣਾ। ਮੈਨੂੰ ਛੱਡ ਨਹੀਂ ਸੀ ਸਕਦਾ, ਬਰਾਮ ਰਹਿੰਦਾ ਸੀਗਾ। ਫਿਰ ਅਸੀਂ ਫਗਵਾੜੇ ਗਏ ਹਾਂ, ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ। ਮੈਂ ਕੱਲ੍ਹ ਵੀ 2 ਵਾਰੀ ਫੋਨ ਕੀਤਾ ਉਹਨਾਂ ਨੂੰ, ਤੇ ਸਾਡੀ ਸੁਣਵਾਈ ਨਹੀਂ ਕੀਤੀ। ਫਿਰ ਮੈਂ ਬਰਾਮ ਗਈ ਹਾਂ, ਬਰਾਮ ਵਾਲੇ ਵੀ ਨਹੀਂ ਸੁਣਦੇ ਹੈਗੇ। ਫਿਰ ਅਸੀਂ ਨਵੇਂ ਸ਼ਹਿਰ ਪੇਸ਼ ਹੋਏ ਹਾਂ, ਉਹਨਾਂ ਨੇ ਸਾਨੂੰ ਬਰਾਮ ਤੋਂ ਫਗਵਾੜੇ ਭੇਜਿਆ, ਫਿਰ ਫਗਵਾੜੇ ਵਾਲੇ ਨੇ ਸਾਨੂੰ ਕਪੂਰਥਲੇ ਭੇਜਿਆ। ਹੁਣ ਉੱਥੋਂ ਅਫਸਰਾਂ ਦੇ ਫੋਨ ਆਉਂਦੇ ਆ, ਤੇ ਉਹਨੂੰ ਫੜਦੇ ਨੀ, ਨਾ ਉਹ ਗੱਲ ਕਰਦਾ। ਮੇਰਾ ਦੋ ਤਾਂ ਲੱਗਦਾ, ਨਰੇਸ਼ ਕੁਮਾਰ ਜੀ, ਨਰੇਸ਼ ਕੁਮਾਰ ਆ ਉਹਦਾ ਨਾਂ, ਤੇ ਉਹਦੇ ਮਾਂ ਪਿਓ ਨੇ ਜੀ ਐਨ ਲੱਗਾ ਸੀਗਾ ਜੀ, ਟਰੱਕਾਂ ਦੇ ਐਕਸਲ ਬਣਦੇ ਆ, ਉਹ ਤੋਂ ਲੈ ਕੇ ਗਏ। ਨਾ ਜੀ ਮੈਂ ਕੋਈ ਪਛਾਣ ਨੀ, ਨਾ ਮੈਂ ਏਦਾਂ ਕਦੀ ਕਿਤੇ ਗਈ ਆ, ਨਾ ਮੈਂ ਮੁੰਡੇ ਨੂੰ ਜਾਣਦੀ। ਜਬ ਪਹਿਲੀ ਆਪਨੇ ਕੰਪਲੇਂਟ ਦਿੱਤੀ ਪੁਲਿਸ ਕੋ, ਤਾਂ ਪੁਲਿਸ ਵਾਲੋਂ ਨੇ ਕਿਆ ਕਹਾ ਤਾ, ਔਰ ਕਿਤਨਾ ਵਕਤ ਹੋ ਚੁੱਕਾ ਉਸ ਕੰਪਲੇਂਟ ਕੋ ਦੀਏ? ਉਹਨੂੰ ਜੀ 4th ਮਹੀਨਾ ਲੱਗ ਗਿਆ, 14 ਤਰੀਕ ਦਾ। ਜਬ ਆਪ ਬਹਿਰਾਮ ਪੁਲਿਸ ਕੇ ਪਾਸ ਜਾਤੇ ਹੈ, ਤਾਂ ਉਨਕੇ ਦੁਆਰਾ ਕਿਆ ਕਹਾ ਜਾਤਾ? ਉਹ ਕਹਿੰਦੇ ਜੀ ਅਸੀਂ ਮੋਨੂ ਨੂੰ ਫੜਾਂਗੇ, 3 ਵਾਰੀ ਫੜਨ ਗਏ ਆ, ਤੇ ਫਿਰ ਪਹਿਲਾਂ 2-3 ਵਾਰੀ ਲੈ ਕੇ ਨਹੀਂ ਆਏ। ਫਿਰ ਜੇ ਲੈ ਕੇ ਆਏ ਤਾਂ ਕਹਿੰਦਾ ਜੀ ਮੈਂ ਮੁੰਡਾ ਤੁਹਾਡਾ ਪੇਸ਼ ਕਰ ਦੂੰਗਾ 3 ਦਿਨਾਂ ਬਾਅਦ। ਫਿਰ ਮੇਰਾ ਬੇਟਾ ਗਿਆ ਨਾਲ, ਗਿਆ ਕਲੀਅਰ ਸ਼ਰੀਫ, ਤੇ ਖਾਲੀ ਮੁੜ ਕੇ ਆ ਗਏ। ਜੋ ਮੋਨੂ ਹੈ ਉਹ ਵਾਪਸ ਆ ਗਿਆ ਹੈ ਜਾਂ? ਹਾਂਜੀ ਉਹ ਵਾਪਸ ਆ ਗਿਆ, ਉਹਦੇ ਕੋਲ ਕਿੱਟ ਵੀ ਆ, ਟਿਫਨ ਰੋਟੀ ਵਾਲਾ, ਖੂਨ ਨਾਲੀ ਬੜੀ ਕਮੀਜ਼ ਹੈ। ਤੋ ਆਪਨੇ ਉਸਸੇ ਬਾਤ ਕੀ ਕਿ ਕਹਾਂ ਪਰ ਆਪਕਾ ਪੋਤਾ ਜਿਸਕੋ ਸਾਥ ਲੇਕਰ ਗਏ ਥੇ? ਆ ਉਸਨੇ ਮੇਰੇ ਸਾਥ ਕੋਈ ਬਾਤ ਨਹੀਂ ਕੀਤੀ, ਸਾਡੀ ਪੰਚਾਇਤ ਨੇ ਮੈਂਬਰਾਂ ਨੇ ਗੱਲ ਕੀਤੀ ਉਹਦੇ ਨਾਲ, ਕਹਿੰਦਾ ਮੈਂ ਲੈ ਕੇ ਗਿਆ ਆ ਤਾਂ ਲੈ ਕੇ ਆਉਂਗਾ, ਵਾਅਦਾ ਕੀਤਾ। ਕਿਸੇ ਪੁਲਿਸ ਕੇ ਇਲਾਵਾ ਕਿਸੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਯਹਾਂ ਕੇ ਵਿਧਾਇਕ ਕੀਆ ਕਿਸੇ ਐਮਪੀ ਸੇ ਬਾਤਚੀਤ ਕੀ ਆਪਨੇ? ਨਹੀਂ ਜੀ ਕੀਤੀ, ਕਿੰਨੇ ਨੇ, ਮੈਂ ਅਨਪੜ੍ਹ ਹੈਗੀ, ਹੋਰ ਮੈਨੂੰ ਉਹਨਾਂ ਦੇ ਨਾਮ ਨਹੀਂ ਆਉਂਦੇ ਹੈਗੇ। ਕੀਤੀ ਸਾਰਿਆਂ ਨੇ, ਬਸ ਸੁਣਵਾਈ ਨਹੀਂ ਹੋਈ, ਸੁਣਵਾਈ ਨਹੀਂ ਹੋਈ। 4 ਮਹੀਨੇ ਹੋ ਚੁੱਕੇ ਹੈ। ਹਾਂਜੀ ਬਾਬੀ ਜੇ ਪੁਲਿਸ ਸਟੇਸ਼ਨ ਜਾ ਰਹੇ ਤੋ ਅਬ ਕਿਆ ਕਹਿ ਰਹੇ? ਉਹ ਮੈਂ ਤੁਹਾਨੂੰ ਕੋ ਬਤਾਇਆ, ਕੱਲ 2 ਵਾਰੀ ਮੈਂ ਫੋਨ ਕੀਆ, ਨਹੀਂ ਸੁਣਵਾਈ ਨਹੀਂ ਹੋਈ। ਮੇਰੇ ਕੋ ਬੋਲਦੇ ਆ ਮਾਤਾ ਫੋਨ ਕੱਟ ਦੇ, ਮਾਤਾ ਫੋਨ ਕੱਟ ਦੇ, ਫਗਵਾੜੇ ਵਾਲਿਆਂ ਨੇ ਮੇਰੇ ਕੋ ਆ ਕੱਲ ਕੋ ਜਵਾਬ ਦਿਆ। ਰਿਸ਼ਤੇ ਮੇ ਜੋ ਮੇਰਾ ਬਾਂਝਾ ਲੱਗਤਾ ਹੈ, ਤੋ ਮਾਮਲਾ ਐਸਾ ਹੈ, ਜਬਕਿ ਯਹਾਂ ਸੇ ਘਰ ਸੇ ਗਿਆ, ਡਿਊਟੀ ਸੁਬਹ ਟਾਈਮ ਸੇ ਗਿਆ, ਤੋ ਯਹਾਂ ਵੀ ਐਂਟਰੀ ਹੁਆ, ਐਂਟਰੀ ਹੋਣੇ ਕੇ ਬਾਅਦ ਉਹ ਸ਼ਾਮ ਕੋ ਛੁੱਟੀ ਗਈ ਆ, ਇਸਕਾ ਇੱਕ ਯਾਰ ਦੋਸਤ ਸਾਹਮਣੇ ਚਾਹੇ ਗਿਆ, ਦੁਕਾਨ ਰੇੜੀ ਲਗਾਇਆ ਥਾ, ਰੇੜੀ ਲਗਾਉਣ ਕੇ ਕਾਰਨ ਇਸਕੀ ਕੋਈ ਉੱਠਣੀ ਬੈਠਣੀ ਯਾਰੀ ਦੋਸਤੀ ਮੇ, ਕੋਈ ਚਾਹੇ ਕੀ ਰੇੜੀ ਥੀ ਉਸਕੀ, ਚਾਹੇ ਚੂਹੇ ਪੀ ਰਿਹਾ ਥਾ ਕੋਈ ਚਲਤਾ ਆ ਯਾਰ ਦੁਕਾਨ ਮੇ, ਔਰ ਜਬ ਸ਼ਾਮ ਕੋ ਛੁੱਟੀ ਕੀ ਆ ਉਸਨੇ ਇਹ ਬਤਾਇਆ ਵੀ ਤੂਨੇ ਮੱਥਾ ਟੇਕਣੇ ਜਾਣਾ, ਉਹ ਬੋਲਤਾ ਕਹਾਂ ਜਾਣਾ, ਨਰੇਸ਼ ਨੇ ਜੈਸੇ ਬਤਾਇਆ, ਉਸਨੇ ਲੜਕੇ ਨੇ ਬਤਾਇਆ, ਉਸ ਹਿਸਾਬ ਸੇ ਮੈਂ ਨਰੇਸ਼ ਕੀ ਬਾਤ ਕਰ ਰਹਾ ਹੂੰ। ਉਹ ਕਹਿੰਦੇ ਚਲੋ ਚਲੇਗੀ, ਕਹਿੰਦੇ ਕਲੀਅਰ ਜਾਣਾ, ਕਹਿੰਦੇ ਕਲੀਅਰ ਕਹਾਂ ਪੜਤਾ, ਕਹਿੰਦੇ ਰੁੜਕੀ ਸਟੇਸ਼ਨ ਤੇ ਥੋੜਾ 30 ਕਿਲੋਮੀਟਰ ਆ ਗਏ, ਤੋ ਉਸਕੇ ਬਾਅਦ ਉਹ ਵਾਂ ਸੇ ਫੈਕਟਰੀ ਸੇ ਲੈ ਗਿਆ, ਛੁੱਟੀ ਕਰਨ ਕੇ ਬਾਅਦ ਇਹ ਵਾਂ ਪੇ ਪਹੁੰਚੇ ਆ, ਮੇਰੇ ਕੋ ਨਹੀਂ ਪਤਾ, ਇਹ ਆਪਣੇ ਘਰ ਲੈ ਗਿਆ, ਵਾਂ ਸੇ ਖਾਣਾ ਖੁਣਾ ਖਾਇਆ, ਖਾਣਾ ਖੁਣਾ ਖਾ ਕੇ ਉਸਕੀ ਮੋਨੂ ਕੀ ਘਰਵਾਲੀ ਔਰ ਮੋਨੂ ਔਰ ਹਮਾਰਾ ਲੜਕਾ ਇਹ ਤਿੰਨੋ ਕੋ ਉਸਕੀ ਘਰਵਾਲੀ ਛੋੜ ਕੇ ਆਈ ਵਾਂ ਪੇ ਸਟੇਸ਼ਨ ਪੇ, ਇਹ ਨਹੀਂ ਪਤਾ 10 ਵਜੇ ਕੀ ਗਾੜੀ ਬੈਠੇ ਆ, ਕਿਤਨੇ ਵਜੇ, ਯਾਨੀ ਕਿ ਆਪਣੀ ਰਜ਼ਾਮੰਦੀ ਕੇ ਸਾਥ ਗਿਆ ਤਾਂ ਕੋਈ ਜ਼ੋਰ ਜ਼ਬਰਦਸਤੀ ਨਹੀਂ ਸੀ ਉਸਕੇ ਤੋਂ? ਨਹੀਂ ਹੁਣ ਪਤਾ ਨਹੀਂ ਸੀ ਕੋਈ ਜ਼ੋਰ ਜ਼ਬਤੀ ਜੈਸੇ ਹੈ ਜਾਂ ਜੈਸੇ ਕੋਈ ਜ਼ੋਰ ਜ਼ਬਤੀ ਹੈ ਜਾਂ ਪਿਆਰ ਸੇ ਲੈ ਗਿਆ, ਮੇਰੇ ਕੋ ਇਸੇ ਨਹੀਂ ਦੂਸਰਾ ਮੇਰੇ ਕੋ ਪਤਾ ਇਸ ਚੀਜ਼ ਦਾ, ਠੀਕ ਹੈ। ਬਾਕੀ ਗਏ ਇੱਕ ਸਾਥ ਹੈ, ਯਹਾਂ ਸੇ ਗਏ ਰੁੜਕੀ, ਰੁੜਕੀ ਸਟੇਸ਼ਨ ਉਤਰ ਕੇ ਕਲੀਅਰ ਸਾਹਿਬ ਗਏ ਹੈ, ਕਲੀਅਰ ਸਾਹਿਬ। ਤੋ ਆਪਕੋ ਇਹ ਸਭ ਚੀਜ਼ੇ ਕੈਸੇ ਪਤਾ ਲੱਗੀ ਕਿ ਵੋ ਰੁੜਕੀ ਗਏ ਹੈ, ਕਲੀਅਰ ਸਾਹਿਬ ਗਏ ਹੈ, ਇਹ ਜਾਣਕਾਰੀ ਆਪਕੋ ਕੈਸੇ ਮਿਲੀ ਹੈ? ये जानकारी हमको ऐसे मिली थी, कुछ लड़कों ने उससे पूछा था भी तू नरेश को कहाँ छोड़ के आया है, फैक्ट्री वाले लड़कों ने, बोलते मेरे साथ कलियर गया था, कलियर जाने के बाद वो मेरे को बोलता मैं हरिद्वार जाना है, वो लड़का बोलता हमारा हरिद्वार जाना, बोलता मेरी लत में राड पड़ी है कि मैं तो जा नहीं सकता, तो इसलिए भी तू जाना जा सकता, मैं वापस चला जाता हूँ।
जब आप पुलिस को शिकायत दी थी आपने, तो पुलिस ने क्या कहा था उस वक्त और कितना समय हो चुका उस पर? कम से कम 4 महीने हो चले है। 4 महीने से पहले जब हमको पता लगा, 1 हफ्ते या 10 रोज के बाद हम बहराम थाने में गए और वहां पे हमने कम्प्लेंट किया, तो जबकि उन्होंने 1 महीना हमको लटकाई रखा, कोई बात नहीं। फिर उसको मोनू को बुलाया, बुला के हमारे सामने वो मान भी गया। हमारे बाबा जी है बहराम थाने में जिनके पास केस है, तो उन लोगों ने कहा करे कोई बात नहीं कि हम उसको बुलाते हैं, पूछते हैं। फिर उसके बाद उसको बुलाया, बुलाने के बाद उसको पूछा भी हाँ भी तू लड़का कहाँ छोड़ के आया? बोलता मेरे साथ गया था, मैं लेके गया हूँ। ठीक है, मैं उसको बोला घर चलो, वो बोलता मैं हरिद्वार चलो, नज़दीक है, मत्था टेक जाते हैं। ये वापस आ गया, मोनू वहाँ उसको छोड़ा है, वो करता धरता जो भी है मोनू है। तो आपने वहां पर जाके पता किया उत्तराखंड में जाते कहाँ पर जहाँ पर वो छोड़ कर आया? जी गए हम, कलियर साहब गए हैं, कलियर मैं और 3 दिन का इसको मोनू को टाइम दिया था। और जब मैं गया हूँ उसके साथ, 3-4 रोज लेटा रहा, बोलता मेरे से चला नहीं जा रहा, ये वो, मैं कुत्तों की तरह आड़ा दुआड़ा वहां घूमता रहा, देखता रहा, मेरे को कहीं नहीं नजर आया। आखिरी में फिर मेरे पास पैसे कम हो गए, मैंने मां से पैसे मंगवाए ऑनलाइन, दूसरे एटीएम से ऑनलाइन मोबाइल के 500 रुपए मंगवाया, फिर हम किराया लगा के हम दोनों यहाँ आए। 4 महीने का समय हो चुका है, तो जब आप जा रहे थाने में तो क्या कहा जा रहा है? क्योंकि जो व्यक्ति उसको साथ लेकर गया था वो वापस आ गया है, उससे पूछताछ भी हुई है, लेकिन अभी तक जो आपका जो भांजा है, बेटा है, वो अभी तक वापस नहीं आया। वो इसका भी जब हम थाने में गए, बहराम थाने का जो SHO साहब है वो बोलते अपने स्टाफ को बोले भी मेरा स्टाफ जो है अच्छा नहीं है, इनको आपको एमी आवागमन इधर उधर घुमाई जा रहे हैं, ये तो केस बनता है विजय दोवाल का। आप SSP से भी मिले थे, SSP का क्या कहना था? SSP से मिले थे आप, उनका क्या कहना था? उनका कहना है भाई अभी कोई नहीं, मैं यानी कि आपका केस ले लिया है, रेफर कर दिया बहराम से। फिर ये गए हमारे साथ, यहाँ गाड़ी आई, मैं गया बहराम, गाड़ी में मेरे को SHO बैठा के गए और वहाँ गए, बोलते भी हाँ भाई ये कौन सा एरिया पड़ता है बजिंदवाल का, वो बोलते भी ये कपूरथला पड़ता है कपूरथला पड़ता है। उसके बाद SHO बोला भी ये हमारा केस नहीं है, ये जो भी है कपूरथले के अंडर है। दसण जो गल है कि नरेश कुमार उम्र करीब 29 साल, निवासी फराला पिंड का, थाना बहराम, जिला नवांशहर। इतने वजीदोवाल फैक्ट्री एक्सला भी उत्थे काम करता सीगा। इहदे एक दोस्त मोनू आ जो मिली दे रहण वाला, ये मेरी पोस्टिंग तो पहलों की गल है कि मोनू तो ये नरेश कुमार दोवें आपस च दोस्त सीगे। जदों मैं मैनूं पता लग्गा कि इत्थे एक कंप्लेंट इहदे बारे चलदी है, इहदे वारस मैनूं मिले आण के, जो मैं वेरीफाई किया सारा कि वजीदोवाल फैक्ट्री काम जरूर करता पर उतों नहीं गया, ये मिली आ मेरी तो मोनू ते नरेश नू 16 तरीक नू 16/4 नू ये कलिया शरीफ गए आ। इहदी पत्नी जिहड़ी उह आपदी एक्टिवा ते इहनां नू चढ़ा के आई आ, इह उत्थे फिर अपनी नानी दरखास्त करता आशा राणी ने गलबात करदा रहा, उन्हों ये गल कहता रहा कि मैं वापस आ रहा, मैं वापस आ रहा। जो बाद पता लगा कि जिहड़ा ये मोनू है ये वापस आ गया पर नरेश कुमार वापस नहीं आया, जिस संबंधी इन्होंने नवें शहर दरखास्त दी सी, जो उत्थे पता लगा उन्होंने कहा कि साडा वकूआ नहीं है, कि ये वकूआ थाना सदर नाल संबंधित आ। जदों कि ठीक है फैक्ट्री साढ़े पैंदी आ, मोनू जिहड़ा वा वह मेली दे रहण वाला थाना बहराम दे, और ये लड़का जिहड़ा लभ नहीं रहा यह भी बहराम दे रहण वाला। बाकी फिर भी मेरे को आए आ, मैं इंसानियत तौर पर भाईचारा तौर पर वारसा ला के मोनू भी पूछया सी, वो कहता कि वह आ गया सी, वो शायद उत्थे कोई चोरी वगैरह के केस फड़िया जा की आ, तो मैं मुड़े हाँ तो मगर क्लीयर नहीं किया। इस संबंधी मैं SHO बहराम भी गल की कि मैं ता मैटर इन सॉल्व करो, उन्होंने नहीं किया, अज फिर कि वारस गए मेरे को आए आ। बाकी कोई नहीं, मैं इंसानियत तौर पर बकूआ हुंदा ना हुंदा होया भी इन वेरीफाई करके तत्थां दे आधार ते कार्रवाई करेंगे। इन्हां दी दरखास्त जिहड़ी आ साडे कोल आ गई आ, मैं SHO सुंदर सिंह दी ड्यूटी लाई आ, मैं अपना इंटरस्ट लैके मैटर नूं जल्द तों जल्द नोटाऊंगा।
दरखास्त नवी शहर जो मेरे को पता किया नवी शहर दरखास्त चलती है क्योंकि मेरी जेड़ा पिंड थाने बहराम च पैंदा इन्हां दा थाने बहराम च पैंदा उन्हां दा कारवाई करना बनता है मेरे लो ए कोई नहीं है।